ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਆਪਾਂ ਜੀ ਬਰਾਬਰ ਹੋ ਜਾਓ ਜੀ ਇੱਧਰ ਪਿੱਛੇ ਬਾਬਾ ਜੀ ਫੋਟੋ ਕਰਾ ਲਿਓ ਭਾਈ ਮੂਹਰੇ ਨਾ ਕਰੋ ਲੋਈਆਂ ਸਾਈਡ ਤੇ ਹੋ ਕੇ ਪਿੱਛੇ ਦੀ ਪਾਇਆ ਕਰੋ ਬਾਬਾ ਜੀ ਬਰਾਬਰ ਹੋ ਜਾਓ। ਬੀਤੇ ਦਿਨੀ ਸੰਤ ਬਾਬਾ ਕਰਮਚੰਦ ਜੀ ਗਊ ਰੱਖਿਅਕ ਫਰਵਾਹੀ ਵਾਲੇ ਗੁਰੂ ਚਰਨਾਂ 'ਚ ਜਾ ਬਰਾਜੇ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਦੇਸ਼ ਵਿਦੇਸ਼ ਤੋਂ ਆ ਕੇ ਸੰਗਤ ਨਤਮਸਤਕ ਹੋਈ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ 'ਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਅਤੇ ਟਕਸਾਲਾਂ ਦੇ ਮੁਖੀਆਂ ਨੇ ਸੰਤ ਬਾਬਾ ਕਰਮਚੰਦ ਜੀ ਦੇ ਛੋਟੇ ਬੇਟੇ ਸੰਤ ਰਵੀ ਸਿੰਘ ਨੂੰ ਪਗੜੀ ਪਾ ਕੇ ਰਸਮ ਅਦਾ ਕੀਤੀ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਅਟੁੱਟ ਪ੍ਰਬੰਧ ਵੀ ਕੀਤਾ ਗਿਆ ਸੀ। ਵਿਰਲੇ ਹੁੰਦੇ ਐਸੇ ਤੇਰੇ ਜਨ ਪਰਉਪਕਾਰੀ ਆਏ, ਜਗ ਮੈਂ ਹੁਕਮ ਕਾਢੀਏ ਵਿਰਲੇ ਕੇ ਕੇ। ਵਿਰਲੇ ਹੀ ਹੋਇਆ ਕਰਦੇ ਆ ਸੰਸਾਰ ਵਿੱਚ ਸੰਤ ਬਾਬਾ ਕਰਮ ਸਿੰਘ ਜੀ, ਜਿਹੜੇ ਅੰਦਰੋਂ ਬਾਹਰੋਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਹੋਏ ਸਨ ਔਰ ਬੜੀਆਂ ਬਰਕਤਾਂ ਸਨ ਉਹਨਾਂ ਦੇ ਪਾਸ। ਕਿਉਂਕਿ ਸਾਧ ਸੰਗਤ ਜੀ, ਜਦੋਂ ਕੋਈ ਨਾਮੀ ਪੁਰਸ਼ ਸੇਵਾ ਸਿਮਰਨ ਦੀ ਕਮਾਈ ਕਰਦਾ, ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨਾਮੀ ਪੁਰਸ਼ ਘਾਲਣਾ ਘਾਲ ਘਾਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਂਪੁਰਸ਼ਾਂ ਦਾ ਇੱਥੇ ਜਨਮ ਸਥਾਨ ਹੈ। ਕੀ ਨਾਮ ਸੀ ਬਾਬਾ ਜੀ ਦਾ? ਬਾਬਾ ਜੀ ਦਾ ਨਾਮ ਕਰਮਚੰਦ ਸਿੰਘ ਅਤੇ ਉਹਨਾਂ ਦਾ ਇੱਥੇ ਜਨਮ ਭੂਮੀ ਹੈ। ਉਸ ਤੋਂ ਬਾਅਦ ਉਹਨਾਂ ਨੇ ਲੰਬੇ ਸਮੇਂ ਤੋਂ ਗਊਆਂ ਦੀ ਸੇਵਾ ਕੀਤੀ, ਉਹਨਾਂ ਨੇ ਗੁਰਦੁਆਰਿਆਂ ਦੀ ਸੇਵਾ ਕੀਤੀ, ਉਹਨਾਂ ਨੇ ਮੰਦਰਾਂ ਦੀ ਸੇਵਾ ਕੀਤੀ ਅਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਨਗਰ ਨੂੰ, ਸਾਰੇ ਪਰਿਵਾਰ ਨੂੰ ਉਹਨਾਂ ਨੇ ਇਹ ਰਸਤੇ 'ਤੇ ਤੋਰਿਆ। ਬਰਨਾਲਾ ਤੋਂ ਜਾਗਰਤੀ ਲਹਿਰ ਦੇ ਲਈ ਬਲਵੰਤ ਸਿੱਧੂ ਦੀ ਰਿਪੋਰਟ।